ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਚ ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ ਮੋਗਾ ਵਿੱਚ ਕੱਲ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਜਤਾਇਆ ਗਿਆ ਇਸ ਲਈ ਅੱਜ ਮੋਗਾ ਵਿਖੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਕਈ ਅਹਿਮ ਫੈਸਲੇ ਵੀ ਲਏ ਗਏ ਜਿਸ ਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੱਲ ਤੋਂ ਮੋਗਾ ਦੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਤੇ ਦਰਜ ਕੀਤੇ ਗਏ ਪਰਚੇ ਰੱਦ ਨਹੀਂ ਹੋ ਜਾਂਦੇ ਇਸ ਮੌਕੇ ਕਿਸਾਨ ਆਗੂ ਲੱਖਾ ਸਿਧਾਣਾ ਵੀ ਪਹੁੰਚੇ ਉਹਨਾਂ ਵੀ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੀ ਨਿਖੇਧੀ ਕੀਤੀ ਅਤੇ ਆਮ ਲੋਕਾਂ ਨੂੰ ਪੁਲਿਸ ਵੱਲੋਂ ਕੀਤੇ ਇਸ ਤਸ਼ੱਦਦ ਦੇ ਖਿਲਾਫ ਖੜਨ ਦੀ ਅਪੀਲ ਕੀਤੀ ਹਾਂਜੀ ਜੋ ਆਪਾਂ ਕੱਲ ਦੇਖਿਆ ਕਿ ਜੋ ਤਸ਼ੱਦਦ ਜਿਹੜਾ ਹੋਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਉਹਦੇ ਸਬੰਧ ਚ ਅੱਜ ਮੋਗੇ ਇਕੱਠ ਰੱਖਿਆ ਗਿਆ ਸੀ ਡੀਸੀ ਦਫ਼ਤਰ ਦੇ ਕੇ ਕਈਆਂ ਨੇ ਫਵਾਹ ਫਲਾਤੀ ਵੀ ਉਹ ਰੱਦ ਹੋ ਗਿਆ ਜੀ ਕੋਈ ਰੱਦ ਨਹੀਂ ਹੋਇਆ ਭਰਾਵੋ ਅਸੀਂ ਪਹੁੰਚ ਰਹੇ ਹਾਂ ਰਸਤੇ 'ਚ ਹੀ ਆ ਸੋ ਵੱਧ ਤੋਂ ਵੱਧ ਮੇਰਾ ਵੀਰ ਜਿੰਨੇ ਪਹੁੰਚ ਸਕਦੇ ਆ ਪਹੁੰਚੋ ਅੱਜ ਸਾਡੀ ਇੱਜ਼ਤ ਦਾ ਅਣਖ ਦਾ ਗੈਰਤ ਦਾ ਸਵਾਲ ਹੈ ਅੱਜ ਸਾਡੇ ਵਕਾਰ ਦਾ ਵੀ ਸਵਾਲ ਹੈ ਅੱਜ ਇਹ ਪਤਾ ਲੱਗ ਜੂਗਾ ਸਿਆਸੀ ਧਿਰਾਂ ਨੂੰ ਵੀ ਕਿ ਲੋਕ ਨੇ ਜਿਹੜੇ ਉਹ ਆਪਣੇ ਹੱਕਾਂ ਲਈ ਲੜਨ ਲਈ ਸੜਕਾਂ ਤੇ ਉਤਰ ਰਹੇ ਨੇ ਨਾ ਕਿ ਤੁਹਾਡੇ ਮਗਰ ਸੋ ਆਓ ਮੇਰਾ ਵੀਰ ਵੱਧ ਤੋਂ ਵੱਧ ਡੀਸੀ ਦਫ਼ਤਰ ਮੋਗੇ ਅੱਗੇ ਇਕੱਠੇ ਹੋ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸਵੇਰੇ 11 ਵਜੇ ਅਤੇ ਦੁਪਹਿਰ 1 ਵਜੇ ਮੁਲਤਵੀ ਕਰਨ ਤੋਂ ਬਾਅਦ ਅਖੀਰ ਮੁਲਤਵੀ ਕਰ ਦਿੱਤਾ ਗਿਆ ਦੱਸਦੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਇਸ ਭਾਵਨਾ ਜ਼ਾਹਰ ਕੀਤੀ ਸੀ ਕਿ ਵਿਰੋਧੀ ਧਿਰ ਦੀ ਮੰਗ ਦੇ ਮੱਦੇਨਜ਼ਰ 1 ਹਫ਼ਤੇ ਬਾਅਦ ਸੈਸ਼ਨ ਦੁਬਾਰਾ ਹੋ ਸਕਦਾ ਹੈ ਪਰ ਵਿਧਾਨ ਸਭਾ ਵਿੱਚ ਸੰਸਦੀ ਮੰਤਰੀ ਬ੍ਰਹਮ ਹਿੰਦਰਾ ਨੇ ਇੱਕ ਮਤਾ ਪੇਸ਼ ਕੀਤਾ ਹੈ ਕਿ ਸੈਸ਼ਨ ਅਣਮਿੱਥੇ ਸਮੇਂ ਲਈ ਸਮਾਪਤ ਕਰ ਦਿੱਤਾ ਗਿਆ ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ਤੇ ਇਤਰਾਜ਼ ਜਤਾਇਆ ਪੰਜਾਬ ਵਿਧਾਨ ਸਭਾ ਦਾ ਜਿੱਥੇ ਸਪੈਸ਼ਲ ਸੈਸ਼ਨ ਚੱਲ ਰਿਹਾ ਉੱਥੇ ਹੀ ਕੁਝ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਭਾਰੀ ਗਿਣਤੀ ਵਿੱਚ ਪੁਲਿਸ ਦੇ ਕਰਮਚਾਰੀ ਮੌਜੂਦ ਹੋਣ ਦੇ ਬਾਵਜੂਦ ਕੁਝ ਬੇਰੋਜ਼ਗਾਰ ਵਿਧਾਨ ਸਭਾ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਜਿਵੇਂ ਹੀ ਉਹਨਾਂ ਕੈਪਟਨ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਿੱਧੀ ਭਰਤੀ ਦੀ ਬਜਾਏ ਪੇਪਰ ਦੇ ਕੇ ਨੌਕਰੀਆਂ ਦਿੱਤੀਆਂ ਜਾਣ ਸਰ ਪੇਪਰ ਹੋਣਾ ਚਾਹੀਦਾ ਬਸ ਜੀ ਐਂਟੀਟੀ ਫਰੈਸ਼ਰ ਦਾ ਜੀ ਰੈਲੀ ਕਰੋ 25 ਸੈਕਟਰ ਰੈਲੀ ਗਰਾਊਂਡ 25 ਸੈਕਟਰ ਚਲੋ ਐਂਟੀਟੀ ਫਰੈਸ਼ਰ ਦਾ ਪੇਪਰ ਹੋਣਾ ਚਾਹੀਦਾ ਜੀ ਬਸ ਸਾਡੀ ਇਹੀ ਮੰਗ ਹੈ ਜੀ ਐਂਟੀਟੀ ਫੇਰ ਹੋਈ ਹੈ ਜਲਿਆਂਵਾਲਾ ਬਾਗ ਪਹੁੰਚੇ ਮਨਜਿੰਦਰ ਸਿੰਘ ਬਿੱਟਾ ਨੇ ਵਿਰੋਧੀਆਂ ਤੇ ਸਵਾਲ ਖੜੇ ਕੀਤੇ ਨੇ ਬਿੱਟੇ ਨੇ ਕਿਹਾ ਹੈ ਕਿ ਜੋ ਲੋਕ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਤੇ ਸਵਾਲ ਚੁੱਕ ਰਹੇ ਨੇ ਉਹ ਇੰਨੇ ਸਾਲਾਂ ਤੋਂ ਕਿੱਥੇ ਸਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕੰਮ ਕੀਤਾ ਤਾਂ ਗਲਤ ਕੀ ਕੀਤਾ ਉਹਨਾਂ ਕਿਹਾ ਕਿ ਅਜਿਹੇ ਲੋਕ ਇਤਿਹਾਸ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ ਸੁਣ ਰਹੇ ਹਾਂ ਪੜ ਰਹੇ ਹਾਂ ਟੀਵੀ ਤੇ ਸੁਣ ਰਹੇ ਹਾਂ ਲੋਕੀ ਇਤਰਾਜ਼ ਕਰ ਰਹੇ ਨੇ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਜ਼ਰੂਰ ਪੁੱਛਣੀ ਚਾਹਣਾ ਇੱਕ ਸਪਸ਼ਟ ਉਹਨਾਂ ਲੋਕੋ ਸੇ ਮੈਂ ਪੁੱਛਣਾ ਚਾਹੂੰਗਾ भी आप 95 के बाद कहाँ थे भाई 95 जब मैं काला पानी गया था हजारों नौजवान अपने दोस्त लेके प्लेनों में और वापस आके नरसिम्हा राव जी को बोला था प्राइम मिनिस्टर थे कि नरसिम्हा राव जी हम टिकट बहुत महंगी लगती हम सब लोग नहीं जा सकते तो कहते क्या करना चाहिए मैं कहा ये कर दीजिए कि जलियांवाला बाग के इतिहास को और उजागर करें थोड़ा सा काला पानी का भी जिक्र हो तो उन्होंने तीन मेंबरी कमेटी बनाई थी एक थे डॉक्टर मनमोहन सिंह जी एक पीएमओ के मिनिस्टर चतुर्वेदी जी और एक कमेटी में मैं था और कुछ आर्टिस्ट थे और मुखर्जी साहब सामने बैठे हम आए उस वक्त कोशिश की काम करने की मेंबर भी हम बने उस कमेटी के मेंबर भी थे पर कोई काम हुआ ही नहीं हुआ है तो उसका कोई मायना नहीं आज अगर कुछ काम किया है गवर्नमेंट ने काम किया है और प्राइम मिनिस्टर साहब ने यहाँ आते वहाँ से उनको उद्घाटन इसका किया है तो कौन सी की चीज़ गलत है आप मुझे बता दीजिए कौन सी चीज़ गलत है क्या वो लोग चाहते हैं कि धीरे धीरे सब ढह ढेरी हो जाए या पुरानी विरासत हमारी इमारत
हमारा जो खून से छजा हुआ हिंदू मुसलमान सिखों का इतिहास क्या खत्म हो जाए। केंद्र सरकार वालों जारी खेती कानूनों नूं रद्द करन दी मंग नूं लैके संयुक्त किसान मोर्चे वालों 25 सितंबर नूं भारत बंद दा सद्दा दिता गया। इस दा खब्बे पक्षी पार्टियां ने समर्थन करन दा ऐलान कीता है। भारतीय कम्यूनिस्ट पार्टी, मार्क्सवादी अते इनकलाबी समाजवादी पार्टी वालों वीरवार नूं जारी सांझे बयान विच लोकां नूं भारत बंद समर्थन करन दी अपील कीती गई है। बयान विच कहा गया है कि खेती कानूनों नूं रद्द करन अते MSP दी कानूनी गारंटी दी मंग नूं लैके 10 महीनियां तों किसानां दा संघर्ष चल रिहा है। उन्होंने कहा है कि मोदी सरकार अड़ियल है ते किसानां नाल गल्लबात करन तों इनकार कर रही है। खब्बे पक्षी पार्टियां सरकार दे इस स्टैंड दी निंदा करदियां हन अते खेती कानूनां नूं तुरंत वापस लैण दी मंग करदियां ने। उन्हां आम लोकां नूं भारत बंद दा समर्थन करन दी अपील कीती है। अज एक दिन लई पंजाब विधानसभा दा स्पैशल सैशन बुलाया गया सी, जिस विच पंजाब दे अहम मुद्दियां नूं लैके चर्चा कीती गई। सैशन खत्म होण तों बाद बाहर आए आम आदमी पार्टी दे विधायक अते विरोधी धिर दे नेता हरपाल सिंह चीमा ने कहा है कि अज असीं पंजाब दे दो अहम अते वड्डे मुद्दे चुके हन, हुण देखणा इह होवेगा कि कांग्रेस पार्टी किन्नी क ईमानदार है, साडे पेश कीते बिल्लां ते चर्चा करदी है या नहीं करदी। स्पीकर साहब ने, मानयोग पंजाब विधानसभा दे स्पीकर साहब ने बिजनेस एडवाइजरी कमेटी दी मीटिंग दे विच मैनू भरोसा दिता गा कि आने वाले 15 दिनों के या 20 दिनों के दोबारा पंजाब विधानसभा का मानसून सैशन होगा। उस सैशन के जिहड़ा प्राइवेट मैंबर ने अपना बिजनेस लाया गा, जिहड़ा विरोधी धिरां ने बिजनेस लाया गा, उते भी चर्चा करांगे। सरकारी जिहड़ा बिजनेस उते भी चर्चा करांगे, क्योंकि आम आदमी पार्टी के विधायक अमन अरोड़ा जी ने शराब की कारपोरेशन नूं बनाउण नूं लैके बिल पेश किया गा। जिहड़े 3 पावर परचेज एग्रीमेंट श्रोमणी अकाली दल ते BJP ने किए सीगे, प्रकाश सिंह बादल की अगवाई वाली सरकार ने किए सीगे, उन्हां नूं किवें रद्द किया जाए, यह भी असीं बिल पंजाब की विधानसभा पेश किया गा। हुण देखते हैं कि नवजोत सिंह सिद्धू किन्ना क ईमानदार आ, हुण देखते हैं कि कांग्रेस पार्टी किन्ना क ईमानदार आ कि साडे उन्हां दोनों बिलों पर चर्चा करती है जे चर्चा तो भजदी आ। क्योंकि कहण नूं प्रेस च आ के नवजोत सिंह सिद्धू कहिंदे रहिंदे ने कि पंजाब दे विच इह बिजली सस्ती होनी चाहिए, असी पावर परचेज एग्रीमेंट रद्द करांगे, असी शराब की कारपोरेशन बनावांगे। हुण आम आदमी पार्टी ने बड़े सार्थक ढंग दे नाल, बड़े ईमानदार दे ढंग दे नाल दो बिल पंजाब की विधानसभा पेश किए ने। जेकर माड़ी मोटी भी रत्ती भर बीना च ईमानदारी आ तो साडे बिलों का समर्थन नहीं, इतों पता लगता गा ये सिर्फ ड्रामेबाज ने सिर पर डांस करना जानते हैं। देखो असी कोई अज के दिन से सियासत नहीं कर रहे, असी कहने कि मानसून सैशन, पंजाब विधानसभा का मानसून सैशन जो ड्यू आ पेंडिंग आ वो होना चाहिए। अच्छ पंजाब के लख ही मसले ने गे, अज पंजाब के नौजवान टेंकियां चढ़े बैठे ने, अज पंजाब का खेत मजदूर, अज पंजाब का किसान वो धरनियां ते आ, अज पंजाब का व्यापारी, पंजाब के मुलाजम धरनियां ते ने। अज पंजाब 2017 तो पहला जिहड़ा माफिया राज चलता सी अज उस तरह चल रहा है। सो आम आदमी पार्टी मंग करती है कि जिहड़े मामलों के उत्ते मानसून सैशन होना चाहिए सीगा होना चाहिए गा, और घट्टो घट वो 15 दिन का हो और लाइव टैलीकास्ट हो। ते सानू हुण तक दियां कुछ खास खबरां, ज्यादा जानकारी लई जुड़े रहो दैनिक सवेरा TV दे नाल। ते हुण नजर मारदे आं अज दियां मुख खबरां ते। मोगा च किसानां ते होए लाठीचार्ज दे विरोध विच किसान जथेबंदियां वल्लों रोस, लखा सिधाणा ने कीती निखेधी, आम लोकां नूं नाल खड़न दी कीती अपील। पंजाब विधानसभा दा विशेष इजलास अणमिथे समें लई मुलतवी, विरोधी पार्टियां ने जताया इतराज। जलियांवाला बाग पहुंचे मनजिंदर सिंह बिट्टा ने विरोधियों से चुके सवाल, कहा जेकर सरकार ने किया कोई काम तो गलत की। संयुक्त किसान मोर्चे वालों 25 सितंबर नूं भारत बंद का सद्दा, खब्बे पक्षी पार्टियां ने समर्थन करन दा ऐलान, आम लोगों नूं भारत बंद का समर्थन करन दी कीती अपील।